ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਨੇ ਵੱਧ ਚੜ੍ਹ ਕੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਸੰਗਤਾਂ ਦਾ ਜਨ ਸੇਲਾਬ ਉਮੜਿਆ ਲੋਕਾਂ ਨੇ ਗੱਲਬਾਤ ਕਰਦੇ ਆ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਕਰਤਾਰਪੁਰ ਲਾਂਘੇ ਨੂੰ ਖੋਲ ਦੇਣਾ ਚਾਹੀਦਾ ਹੈ ਦੱਸਦੇ ਕਿ ਸੰਗਤਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਚ ਸਥਿਤ ਕਰਤਾਰਪੁਰ ਲਾਂਘੇ ਦੇ ਉੱਤੇ ਦਰਸ਼ਨ ਕਰਨ ਦੇ ਲਈ ਪਹੁੰਚੀਆਂ ਹੋਈਆਂ ਸਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਾਰਚ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਤਾਂ ਇਤਿਆਤਨ ਤੌਰ ਦੇ ਉੱਤੇ ਇਸ ਕਰਤਾਰਪੁਰ ਸਾਹਿਬ ਕਾਰਿਡੋਰ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸਾਰੇ ਤੀਰਥ ਸਥਾਨ ਖੋਲ੍ਹ ਦਿੱਤੇ ਗਏ ਨੇ ਤੇ ਸੰਗਤਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਲਾਂਘੇ ਨੂੰ ਖੋਲ੍ਹ ਦਿੱਤਾ ਜਾਵੇ ਤੇ ਇਸ ਲਾਂਘੇ ਨੂੰ ਜਦੋਂ ਹੁਣ ਖੋਲ੍ਹਿਆ ਜਾਏ ਤਾਂ ਬਿਨਾਂ ਪਾਸਪੋਰਟ ਬਿਨਾਂ ਕਿਸੇ ਸ਼ਰਤ ਦੇ ਸੰਗਤ ਪਾਕਿਸਤਾਨ ਦੇ ਵਿੱਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਜਾ ਕੇ ਦਰਸ਼ਨ ਕਰ ਸਕੇ। ਉਹਨਾਂ ਕਹਿੰਦੇ ਕਿ ਗਰੀਬ ਲੋਕ ਪਾਸਪੋਰਟ ਨਹੀਂ ਬਣਾ ਸਕਦੇ ਅਤੇ ਜਿਸ ਗਰੀਬ ਦੇ ਕੋਲ ਪਾਸਪੋਰਟ ਨਹੀਂ ਹੈ ਪਰ ਦਿਲ ਤਾਂ ਉਸ ਦਾ ਵੀ ਕਰਦਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾ ਕੇ ਆਪਣੇ ਗੁਰੂ ਸਾਹਿਬ ਦੇ ਥਾਨ ਦੇ ਦਰਸ਼ਨ ਕਰੇ। ਉਹਨਾਂ ਕਹਿੰਦੇ ਕਿ ਸਰਕਾਰ ਨੂੰ ਹੁਣ ਜਲਦੀ ਤੋਂ ਜਲਦੀ ਇਸ ਲਾਂਘੇ ਨੂੰ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਸਾਡੇ ਮਨਾਂ ਦੇ ਵਿੱਚ ਬਹੁਤ ਵੱਡੀ ਚਾਹ ਹੈ। ਕੀ ਅਸੀਂ ਉਥੇ ਜਾ ਕੇ ਦਰਸ਼ਨ ਕਰੀਏ ਹਾਂਜੀ ਬਾਬਾ ਜੀ ਕਰਤਾਰਪੁਰ ਲਾਂਘੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਇਹ ਸਤਿਗੁਰਾਂ ਦੀ ਮਿਹਰ ਸਦਕਾ ਭਾਈ ਇਹ ਦਰਸ਼ਨ ਸੰਗਤਾਂ ਨੂੰ ਕਿੰਨੇ ਵਰਤਾ ਲੈ ਬੇਨਤੀ ਹੈ ਵੀ ਹੋਣੇ ਚਾਹੀਦੇ ਨੇ ਜੇ ਨਹੀਂ ਹੁੰਦੇ ਤੇ ਭਾਵਨਾ ਨਾਲ ਸੰਗਤਾਂ ਬੇਨਤੀ ਕਰਦੀਆਂ ਸਤਿਕਾਰਯੋਗ ਨਾ ਵੀ ਦਰਸ਼ਨ ਹੋਣੇ ਚਾਹੀਦੇ ਨੇ ਜੀ ਤੇ ਅਸੀਂ ਵਾਰੂ ਜੀ ਆਪਣਾ ਰਾਜਸਥਾਨ ਚੋਂ ਸੰਗਤਾਂ ਨੂੰ ਲੈ ਕੇ ਤੇ ਸ੍ਰੀ ਹਰਤਾਲਸਰ ਸਹਿਬ ਦਰਸ਼ਨ ਕਰਨ ਆਏ ਆ ਵਾਰੂ ਤੇ ਬੜੀ ਭਾਵਨਾ ਨਾਲ ਸੰਗਤਾਂ ਆਈਆਂ ਤੇ ਮਹਾਰਾਜ ਕਿਰਪਾ ਨਾਲ ਦਰਸ਼ਨ ਮਹਾਰਾਜ ਦੀ ਕਿਰਪਾ ਨਾਲ ਹੋਣ ਦੇ ਬੜੀ ਚੰਗੀ ਗੱਲ ਜੀ ਵਾਰ ਜੁਕਾ ਖਾਲਸਾ ਵਾਰ ਜੁਕੀ ਪਤੇ ਆਇਓ ਤੁਸੀਂ ਹਾਂਜੀ ਇਸ ਬਾਰੇ ਤੁਸੀਂ ਲਾਂਘੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਵਾਹਿਗੁਰੂ ਜੀ ਇਹੀ ਕਹਿਣਾ ਚਾਹੁੰਨੇ ਆ ਮਹਾਰਾਜ ਜੀ ਵੀ ਕਰਤਾਰਪੁਰ ਸਾਹਿਬ ਦੇ ਗੁਰਨਾਨਕ ਦੇ ਦਰਬਾਰ ਦੇ ਦਰਸ਼ਨ ਖੁੱਲੇ ਦਿਦਾਰਿਆਂ ਨਾਲ ਹੋਣੇ ਚਾਹੀਦੇ ਆ ਸੰਗਤ ਖੁੱਲੇ ਜੀ ਸਤਕੇ ਆਵੇ ਜੀ ਸਤਕੇ ਜਾਵੇ ਜੀ ਕੋਈ ਇਹ ਪਾਸਪੋਰਟ ਵਾਲਾ ਨਹੀਂ ਹੋਣਾ ਚਾਹੀਦਾ ਜੀ ਕੁਝ ਵੀ ਇਹ ਨਹੀਂ ਹੋਣਾ ਚਾਹੀਦਾ ਜੀ ਵੀ ਲੰਗ ਵੀ ਆਪਣੇ ਇਥੋਂ ਦੂਰ ਬਿਨਾਂ ਨਾ ਦਰਸ਼ਨ ਕਰੋ ਆਏ ਨਹੀਂ ਹੋਣਾ ਚਾਹੀਦਾ ਮਹਾਰਾਜ ਜੀ ਜੇ ਹੋਇਆ ਤੇ ਸਿੱਧੇ ਦਰਸ਼ਨ ਦਰਦਾਰਿਆਂ ਦਾ ਆਪਾਂ ਨੂੰ ਚਾਹੀਦਾ ਜੀ ਤੇ ਐਂ ਤਾਂ ਹੁਣ ਜਿਹੜਾ ਅਮੀਰ ਬੰਦਾ ਪੈਸੇ ਵਾਲਾ ਜੀ ਉਹ ਤਾਂ ਪਾਸਪੋਰਟ ਤੇ ਲੰਘ ਜਾਊਗਾ ਜੀ ਤੇ ਜਿਹੜਾ ਵਿਚਾਰੇ ਕੋਲੇ ਜੇ ਆਧਾਰ ਕਾਰਡ ਹੀ ਨਹੀਂ ਬਣਿਆ ਜੀ ਜਿਹਦਾ ਉਹ ਕੀ ਕਰੂਗਾ ਜੀ ਤੇ ਮਹਾਰਾਜ ਨੇ ਦਰਸ਼ਨਾ ਨੂੰ ਤਾਂ ਉਹ ਵੀ ਤਰਸਦਾ ਵਿਚਾਰਾ ਜੀ ਹਾਂਜੀ ਬਾਹਰੂ ਜੀ ਵੀ ਜਿਨੇ ਜਿਹਦੇ ਕੋਲੇ ਆਧਾਰ ਕਾਰਡ ਵੀ ਹੈ ਨਹੀਂਗਾ ਜੀ ਮਨ ਚ ਚਾਹਨਾ ਤਾਂ ਗਰੀਬ ਦੇ ਵੀ ਹੁੰਦੀ ਹੈ ਜੀ ਇਦੇ ਚ ਤਾਂ ਹੁਣ ਇਹ ਗੱਲ ਹੈ ਜੀ ਜਿਹਦੇ ਕੋਲ ਹੈਗਾ ਉਹ ਚਲੇ ਜਾਊਗਾ ਜੀ ਦੂਜਾ ਰਹਿ ਜਾਊਗਾ ਰਹਿ ਜਾਊਗਾ ਜੀ ਤੇ ਤੁਸੀਂ ਮੱਪੀ ਅੱਜ ਆ ਡੇਰੇ ਬਾਬਾ ਨਾਨਕ ਆਏ ਤੁਸੀਂ ਕਿਹੜੇ ਇਲਾਕੇ ਵਿੱਚੋਂ ਤੁਸੀਂ ਮੱਪੀ ਅੱਜ ਡੇਰੇ ਬਾਬਾ ਨਾਨਕ ਪਹੁੰਚੇ ਅਸੀਂ ਤਾਂ ਆਏ ਆ ਜੀ ਰਾਜਸਥਾਨ ਚੋਂ ਗੰਗਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੇ ਗੁਰਦੁਆਰਾ ਸ੍ਰੀ ਸੁਖਸਾਗਰ ਸਾਹਿਬ 24 ਏਪੀਡੀ ਅਨੂਪਗੜ੍ਹ ਤੋਂ ਆਏ ਆ ਜੀ ਕੀ ਉਮੀਦ ਲਾ ਕੇ ਤੁਸੀਂ ਹੁਣ ਇੱਥੇ ਜਾ ਰਹੇ ਤੁਸੀਂ ਅਸੀਂ ਤਾਂ ਇਹ ਉਮੀਦ ਲੈ ਕੇ ਜਾ ਰਹੇ ਆ ਜੀ ਬੜੇ ਵੀ ਅਸੀਂ ਤਾਂ ਖੁਸ਼ ਪਿੱਟਾਂ ਦੇ ਤਰੀਕੇ ਨਾਲ ਆਈ ਸੀ ਯਾਤਰਾ ਬੀਮਾਰਾਜ ਦੇ ਕਰਨ ਜੀ ਪਰ ਹਾਂ ਜੀ ਦਰਸ਼ਨ ਕਰਨ ਜੀ ਇੱਥੇ ਤਾਂ ਹੁਣ ਜੀ ਸਾਨੂੰ ਇਹ ਬੜੀ ਨਿਰਾਸ਼ਾ ਜੀ ਕੀ ਆਏ ਆ ਵੀ ਆਏ ਵੀ ਜੀ ਨਹੀਂ ਦਰੋ ਚੱਲ ਕੇ ਜੀ ਤੇ ਪਰ ਜੀ ਦਰਸ਼ਨ ਨਹੀਂ ਹੋ ਪਾਰੇ ਜੀ ਹੁਣ ਸਾਨੂੰ ਤਾਂ ਬਹੁਤ ਹੀ ਨਿਰਾਸ਼ਾ ਵਾਲੀ ਗੱਲ ਹੈ ਜੀ ਹਾਂ ਜੀ ਜੀ ਇਸ ਵੇਲੇ ਭਾਰਤ ਪਾਕਿਸਤਾਨ ਜ਼ੀਰੋ ਲਾਈਨ ਤੇ ਖਲੋਤੇ ਆ ਜੀ ਕਰਤਾਰਪੁਰ ਕੋਰੀਡੋਰ ਤੇ ਕਿਸ਼ਨ ਕੁਮਾਰ ਕੈਮਰਾਮੈਨ ਨਾਲ ਮੂਰਾਰੀ ਭੱਟੀ ਦੀ ਡੇਰਾ ਬਾਬਾ ਨਾਲ ਤੋਂ ਵਿਸ਼ੇਸ਼ ਰਿਪੋਰਟ